ਸਯਾਦਾ ਨਾਨਾ ਆਮੰਡਾ ਸਲਾਮ ਹੋਵੇ ਹਾ ਸਯਾਦਾ ਨਾਨਾ ਕਬਰ ਚੁਬਾਇਰਾ ਆ ਕਰਬਲਾ ਦਾ ਗਰੀਬ ਆਯਾਵਾਂ ਪਿੰਡੀ ਆ ਲਿਓ ਕਬਰ ਰਸੂਲ ਖੁਲਦੀ ਹੈ ਨਬੀ ਕਬਰ ਤਈ ਬਹਿਣ ਆਓ ਮਿੰਡ ਜੰਨਤ ਦੇ ਸਰਦਾਰ ਬਚੜੇ ਅਸੈਨਾ ਦੇ ਨਾਨਾ ਦੁਆ ਮੰਗਾਵਣ ਆਇਆ ਅੰਮਾ ਬਿਮਾਰੇ ਪਿੰਡੀ ਆ ਲਿਓ ਕਰਬਲਾ ਦਾ ਗਰੀਬ ਰੁਨੈ ਤੇਰੋ ਗਿਆ ਦੇ ਨਾਨਾ ਏ ਅਮੀਰ ਗੱਲਾਂ ਮੀਰਾਂ ਲੀਆ ਕਰੇਂਦਾ ਹੈ ਪਿੰਡੀ ਆ ਲਿਓ ਮਿੰਡੇ ਮਾਂ ਮੇਰੇ ਰਸੂਲ ਅੱਲਾ ਨੇ ਹੁਸੈਨ ਗੱਲ ਲਾਇਆ ਸਯਾਦਾ ਦੇ ਦੱਸ ਕੀ ਹੋਇਆ ਦੇ ਨਾਨਾ ਆ ਜਿੱਥੇ ਤੁਸੀਂ ਰੁਕਦੇ ਆਇਓ ਢੇਰ ਸਾਰੇ ਬੰਦੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਹੈ ਆਦੇ ਜ਼ਾਰਾ ਅਲੀ ਨੂੰ ਬਾਹਰ ਬੇ ਬੰਦਿਆਂ ਦਾ ਸ਼ੋਰ ਸੁਣ ਕੇ ਅੰਮਾ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸ਼ਗੀਰ ਦੀ ਨਿਗਾਹ ਮੇਰੀ ਮਾਂ ਦੇ ਬੁਰਖੇ 'ਚ ਪਈ ਹੈ ਸ਼ਗੀਰ ਦੇ ਹੱਥ ਵਿੱਚ ਤਲਵਾਰ ਹੀ ਪੁੱਠਾ ਦਸਤਾਇਆ ਇਹ ਤਲਵਾਰ ਦਾ ਪੁੱਠਾ ਦਸਦਾ ਮੇਰੀ ਮਾਂ ਦੇ ਹੱਥ ਵਿੱਚ ਮਾਰਿਆ ਮੇਰੀ ਮਾਂ ਦਾ ਹੱਥ ਜ਼ਖਮੀ ਹੋ ਗਿਆ ਹੈ ਸਯਾਦਾ ਦੇ ਨਾਨਾ ਉਸ ਫਿਰ ਬੰਦਿਆ ਸ਼ੋਰ ਮਚਾਵਣਾ ਸ਼ੁਰੂ ਕੀਤਾ ਹੈ ਆ ਦਿਨ ਅਜਾ ਵੀ ਵਕਤ ਇਜ਼ਾਰਾ ਅਲੀ ਨੂੰ ਬਾਹਰ ਬੈ ਪਿੰਡੀ ਆ ਲਿਓ ਮਿੰਡੇ ਮਾਂ ਮੇਰੇ ਬੀਬੀ ਆ ਜੀ ਆ ਅਲੀ ਤੁਸੀਂ ਬਾਹਰ ਨਾ ਜਾਇਓ ਮੈਂ ਜਾਣਾ ਤੇ ਮਿੰਡੇ ਬਾਬੇ ਦੀ ਉਮਤ ਜਾਣੇ ਪਿੰਡੀ ਆ ਲਿਓ ਜਿਸਮ ਮਿੰਡੇ ਮੌਲਾ ਅਲੀ ਦਰਵਾਜ਼ੇ ਤੋਂ ਬਾਹਰ ਨਹੀਂ ਗਏ ਸ਼ਗੀਰ ਨੇ ਦਰਵਾਜ਼ੇ ਨੂੰ ਅੱਗ ਲਾਈਏ ਪਿੰਡੀ ਆ ਲਿਓ ਦੂਏ ਸ਼ਗੀਰ ਨੇ ਦਰਵਾਜ਼ੇ ਨੂੰ ਲੱਤ ਮਾਰੀਏ ਲੱਤ ਦਾ ਲੱਗਣਾ ਦਰਵਾਜ਼ਾ ਮਿੰਡੀ ਸਹਿਣ ਦੇ ਉੱਤੇ ਆਇਆ ਦਰਵਾਜ਼ੇ ਨੀ ਤਰੈ ਮੇਖਾ ਮਿੰਡੀ ਸਹਿਣ ਦੀ ਪਸਲੀਆਂ 'ਚ ਲੱਗੀਆਂ ਰੁਨੈ ਤੇ ਰੋ ਰੋ ਕੇ ਪਿਆ ਦੇ ਨਾਨਾ ਉਹਨਾਂ ਸ਼ੋਰ ਫਿਰ ਮਚਾਉਣਾ ਸ਼ੁਰੂ ਕੀਤਾ ਹੀ ਅਜਾ ਵੀ ਵਕਤ ਹੈ ਪਿੰਡੀ ਆ ਲਿਓ ਤੂੰ ਥੱਲੇ ਮਿੰਡੀ ਸਹਿਣ ਉੱਤੋਂ ਫੌਜ ਗੁਜ਼ਰ ਗਈ ਹੈ ਮਿੰਡੀ ਸਹਿਣ ਉਨੀ ਹੈ ਤੇ ਰੋ ਰੋ ਕੇ ਪਿਆ ਦੀ ਹੈ ਅੱਗ ਲੱਗ ਗਈ ਹਈ ਦਰਵਾਜ਼ੇ ਤੇ ਉੱਠ ਨਬੀਆਂ ਦਾ ਸੁਲਤਾਨ ਤੈ ਕੋ ਦਸਣਾਈਆਂ ਤਿੰਡੀ ਮਤ ਕੀਤਾ ਮੇਰਾ ਗਸਦਾ ਗਰ ਵੀਰਾਂ ਨੇ